ਬੋਲੇ ਵਾ ਅੱਗੇ ਵੱਲ ਵਾਧਾ ਸ਼ੇਰ ਖਾਣੀ ਮੁੰਡੇ ਦੀ। ਇਹ ਕਹਿੰਦੇ ਸਰਦਾਰ ਜੋਗਿੰਦਰ ਸਿੰਘ ਫਿਰਕ ਦਾ ਪੁੱਤ ਹੈ, ਬੋਲੇ ਵਾਲੇ ਗਿੰਦੀ ਦਾ ਸਗਾ ਭਰਾ ਹੈ। ਦੋ ਭਰਾ ਕਹਿੰਦੇ ਜੀ ਕਬੱਡੀ ਦਾ ਨਾਂ ਨੇ ਸਰਦਾਰ ਜੋਗਿੰਦਰ ਸਿੰਘ ਦੇ ਪੁੱਤਰ। ਆ ਕਿੱਥੋਂ ਦਾ ਜਿੱਥੋਂ ਦਾ ਕਹਿੰਦੇ ਵੀ ਸੰਤ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਂ ਵਾਲੇ ਉੱਥੋਂ ਦਾ ਮੰਡੇ ਢੇਰੀ ਪਾਉਣ ਜਾਂਦੇ ਆ ਟੀਮ ਦੇ ਲਈ ਜੋੜ ਗਿਆ। ਇਹ ਆ ਮੋਹਰੀ ਕਹਿੰਦੇ ਸਾਹੋ ਕਹਿੰਦੀ ਧਰਤੀ ਦਾ ਢੱਡਰੀਆਂ ਦੇ ਲਾਗੇ ਭੁੱਗਬਾਦ ਦਾ ਨਗਰ ਮੇਰੇ ਵੀਰੋ ਬਾਗੜ ਕਬੱਡੀ ਦੀ ਕੋਚਿੰਗ ਵੀ ਦਿੰਦਾ ਸਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ। ਭਾਊ ਵਰਗੇ ਖੜੇ ਹੈ ਕੇਵਲ ਵਰਗੇ ਖੜੇ ਨੇ ਮਾਰਕੀਟ ਕਬੱਡੀ ਦੇ ਸਟਾਰ ਕਬੱਡੀ ਖਿਡਾਰੀ ਤੇ ਜੋ ਦੇਖਾਂਗੇ ਗੱਲ ਕਿੱਦਾਂ ਦੀ ਹੋਣੀ ਆ ਸਮਾਂ ਦੱਸੂਗਾ ਪਰ ਦੱਸੂ ਮੇਰੇ ਦੋਸਤਾਂ ਨੇ ਦੱਸੀ ਗਿਆ ਮੁੰਡੇ ਬਾਰੇ। ਇਹ ਆ ਰਾਜੂ ਸਲਿਆਣੀ ਵਾਲਾ ਮੇਰੇ ਵੀਰੋ ਰਾਜੂ ਸਲਿਆਣੀ ਦੀ ਧਰਤੀ ਦਾ ਜਫਾ ਲਾਉਂਦਾ ਹੈ। ਆਇਆ ਕਹਿੰਦੇ ਸਰਦਾਰ ਹਾਕਮ ਸਿੰਘ ਦਾ ਪੁੱਤਰ ਜਾਲਾ ਕਹਿੰਦੇ ਢੁੱਡੀ ਕੇ ਵਾਲਾ ਕਬੱਡੀ ਪਾਉਂਦਾ ਹੈ, ਜਾਲਾ ਢੁੱਡੀ ਕੇ ਵਾਲਾ ਕਬੱਡੀ ਪਾ ਰਿਹਾ ਹੈ। ਅਭੀ ਹੋਟਲੇ ਵਾਲਿਆ ਪਰਲੇ ਪਾਸੇ ਕੇਵਲ ਭਾਊ ਵਰਗੇ ਲੱਗੇ ਹੋਏ ਆ ਬਾਖੇੜ ਕਬੱਡੀ ਦੇ ਮੇਰੇ ਵੀਰੋ। ਇਹ ਆ ਕੇਵਲ ਭਾਊ ਦੇ ਵੇਖਾਂਗੇ ਹੱਦੇ ਦੂਰ ਸਮਾਂ ਬੀਤਦਾ ਹੋਇਆ ਆਂਗਣਾ ਰੇਡਰ ਦੇ ਬੁਗਲਿਆ ਪਾ ਕੌਡੀ ਦਰਸ਼ਕ ਕਹਿੰਦੇ ਨੇ ਬੁਗਲਾ ਕੌਡੀ ਪਾਵੇ ਇਧਰੋਂ ਭਿੰਦਾ ਕੌਡੀ ਪਾਉਂਦਾ ਸੁਣਦੇ ਸ਼ਹਿਰ ਕਾਣੀ ਭਿੰਦੀ ਦੀ ਬੜੀ ਵਾਲਾ ਪਿੰਡ ਹੈ ਮੇਰੇ ਵੀਰੋ। ਇਹ ਆ ਪਿੰਡਾਂ ਸਮੇਂ ਫਿਰੋਜ਼ਪੁਰੀ ਆ ਕਬੱਡੀ ਪਾਉਂਦਾ ਹੈ ਸਦੀ ਹੋਟਲੇ ਵਾਲੇ ਗੀਤੀ ਤੇਰਾ ਨਾਂ ਚੱਲਦਾ ਹੈ ਪ੍ਰਿੰਦਰ ਕਹਿੰਦੇ ਚੀਮਿਆਂ ਵਾਲਾ ਮੇਰੇ ਵੀਰੋ ਸਾਡਾ ਵੀਰ ਫੌਜੀ ਹੈ ਕੋਸ਼ਿਸ਼ ਕਰਦਾ ਨਹੀਂ ਰੱਖ ਸਕਿਆ ਤੇ ਅੰਕ ਦਾ ਵਾਧਾ ਢਾਬੀ ਦੇ ਵਾਸਤੇ ਆਉਂਦਾ ਹੋਇਆ। ਆਏ ਕਹਿੰਦੇ ਹੋਟਲੇ ਵਾਲੇ ਗੀਤੀ ਦਾ ਭਰਾ ਸਰਦਾਰ ਜੋਗਿੰਦਰ ਸਿੰਘ ਬਿਰਕ ਦਾ ਪੁੱਤਰ ਗੀਤੀ ਹੋਟਲੇ ਵਾਲ ਦੇ ਜੈਤੋ ਵਾਲ ਭਾਊ ਗਿਰਦਾਰੀ ਜੈਤੋ ਵਾਲੇ ਵਿੱਚ ਵਕੀਲੇ ਘੋਗੀ ਵਰਗੀ ਮੰਦਰ ਰੋਟੇ ਦੀ ਧਰਤੀ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦਾ ਕਰਾਈ ਇਸ ਵਕਤ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ। ਲੈ ਵੀ ਹੋਟਲੀ ਵਾਲੇ ਹੋਟਲੇ ਵਾਲੇ ਕੀਤੇ ਦੇਖ ਟਰਾਈ ਕਰਕੇ ਬਈ ਬਾਹਰ ਹੀ ਰਿਸਾ ਇੱਕ ਪਾਸੇ ਕੀਤੀ ਹੋਟਲੇ ਵਾਲਾ ਕਬੱਡੀ ਪਾਵੇ ਪਰ ਇੱਧਰ ਦੇਖੋ ਹੋ ਗਈ ਬੱਲੇ ਬੱਲੇ ਕਮਾਲ ਖੇਡ ਬਜ਼ੁਰਗਾਂ ਦੀ ਕਬੱਡੀ ਦੇ ਵਿੱਚ ਮੇਰੇ ਵੀਰੋ ਜਾਲਾ ਢੁੱਡੀ ਕੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਵੇਖਾਂਗੇ ਵੇਖਾਂਗੇ ਹੋਟਲੇ ਵਾਲਾ ਬੱਬਰ ਸ਼ੇਰ ਬਈ ਵਾਹ ਅੰਗੜਾ ਬਈ ਵਾਹ
ਧਰਮਾ ਕਹਿੰਦਾ ਹੁਣ ਢੋਲੀ ਚਾਹੀਦਾ ਸੀ ਸੰਧੂ ਦਾ ਧਰਮਾ ਵਾਲਾ ਯਾਰਾਂ ਦਾ ਯਾਰ ਹੈ ਸ਼ੇਰ ਕਹਾਣੀ ਸੁਣਿਆ ਲਓ ਅਗਲੀ ਦੇਰ ਉਧਰ ਤਗੜਾ ਵੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਤਾਂ ਦੇਖਾਂਗੇ ਭਾਈ ਉਹਦੀ ਰੇਡ ਮੋਹਣੀ ਹੈ ਚੀਮਿਆਂ ਦੀ ਤਰਸੀ ਦਾ ਮੇਰੇ ਵੀਰੋ ਪਰ ਆਹ ਦੇਖਦੇ ਆ ਥਾਣਾ ਥਾਣਾ ਤੇ ਦੂਜੇ ਬਣੇ ਮੋਹਣੀ ਮੋਹਣੀ ਤੇ ਥਾਣਾ ਥਾਣਾ ਤੇ ਮੋਹਣੀ ਦੇਖੋ 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 ਪੰਜਾਬੀਓ ਕੀਤਾ ਪਿੰਡੀਆਂ ਸਾਧੂ ਜੱਫੀਆਂ ਕੇ ਘੁੱਟ ਘੁੱਟ ਪਾਲਾ ਜੱਫੀਆਂ ਵਾ ਦਿਨ ਰਹਿ ਗਏ ਛੁੱਟੀ ਦੇ ਥੋੜੇ ਆਹ ਚੱਲਿਆ ਪੁਗਲਾ ਆਹ ਚੱਲਿਆ ਪੁਗਲਾ ਸਾਡੂ ਜੱਫੀਆਂ ਬਗੁਲਾ ਰੱਖਿਆ ਗਿਆ ਹੁਣ ਭੰਗੜਾ ਨੀ ਪੈਣਾ ਛੇੜ ਕਹਾਣੀ ਸੁਣਿਆ ਇਹ ਹੈ ਸਰਦਾਰ ਬਲਵੀਰ ਸਿੰਘ ਧੀਰਾ ਚੀਮਿਆਂ ਵਾਲਾ ਜਿਹਨੇ ਜੱਫਾ ਲਾਤਾ ਚੀਮਿਆਂ ਵਾਲੇ ਵੀਰੇ ਨੇ ਜੱਫਾ ਲਾਤਾ ਦੇ ਪ੍ਰਧਾਨ ਬਾਈ ਕਾਕਾ ਧਾਲੀਵਾਲ ਵੱਲੋਂ 500 ਰੁਪਇਆ ਵੀਰੇ ਵਾਸਤੇ ਬੋਲਦੇ ਜੀ ਲਾਉਣੀ ਭੀਤੀ ਹੋਰਲੇ ਵਾਲਾ ਭੀਤੀ ਹੋਰਲੇ ਵਾਲਾ ਅੱਜ ਤਾਂ ਆਪਣੀ ਟੀਮ ਲਈ ਜੁੜ ਗਿਆ ਹੈ ਚਲੋ ਗਾਣਾ ਪਾਸ ਹੋ ਜੀ ਮੰਦਰਾ ਐਮਸੀ ਸਰਦਾਰ ਸੁਖਦੇਵ ਸਿੰਘ ਜੀ 500 ਰੁਪਇਆ ਪੀਤੀ ਹੋਟਲੇ ਦੇ ਲਈ ਲੈਵੀ ਪੀਤੀ ਹੋਟਲੇ ਐਮਸੀ ਸਾਹਿਬ ਉਹਨਾਂ ਵੱਲੋਂ ਕੁਲਵੰਤ ਉਪਲੀ ਕਹਿੰਦਾ 500 ਦਾ ਨੋਟ ਮਾਰਿਆ ਗਿਆ ਸਾਹਮਣੇ ਰੋਡਿਆਂ ਦੀ ਧਰਤੀ ਦਾ ਬੱਬਰ ਸ਼ੇਰ ਨੰਦਰ ਮੇਰੇ ਵੀਰੋ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਮਿੱਠਾ ਖੜਾ ਇਹ ਆ ਮਿੱਠਾ ਮੇਰੇ ਵੀਰੋ ਮਿੱਠਾ ਮਾਨ ਤੇ ਇੱਕ ਪਾਸੇ ਮੰਦਰ ਅੰਕ ਆਪਣੀ ਟੀਮ ਲਈ ਜੁੜ ਗਏ ਹੈ ਪੈਂਦੀ ਕੌਡੀ ਸਵਾਰ ਲਿਆ ਸ਼ੇਰ ਕਹਾਣੀ ਗੱਭਰੂ ਦੀ ਫਲੇੜੇ ਦੀ ਧਰਤੀ ਦਾ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਚਾਰ ਜਾਫੀਆਂ ਦੇ ਵਿੱਚੋਂ ਕਿਹਦੇ ਨਾਲ ਮੁਕਾਬਲਾ ਹੋਣਾ ਹੈ ਸਮਾਂ ਦੱਸੂਗਾ ਵਕਤ ਦੱਸੂ ਮੇਰੇ ਵੀਰੇ ਇੱਕ ਪਾਸੇ ਮੋਗੇ ਦੀ ਟੀਮ ਦੇ 4 ਜਾਫੀ ਚਾਰਾਂ ਦੇ ਵਿੱਚੋਂ ਕਿਹੜੇ ਬੱਬਰ ਸ਼ੇਰ ਦੇ ਨਾਲ ਮੁਕਾਬਲਾ ਹੋਣਾ ਹੈ ਇੱਕ ਪਾਸੇ ਫਲੇੜਿਆਂ ਵਾਲਾ ਸਰਬਾ ਖਾਲਸਾ ਸਿੱਖ ਸਰਦਾਰ ਬਈ ਬਾ ਨਹੀਂ ਨਿਸਾ ਕਿ ਪਾ ਕੇ ਉੱਤੋਂ ਦੀ ਕਿਰਪਾਨ ਸਿਰ ਦੇ ਬੰਨ ਲਈ ਪੱਗ ਸੁਨਹਿਰੀ ਬਸ ਬੁਰੇ ਹਾਲਾਤਾਂ ਤੋਂ ਸਰਬਿਆ ਪੱਤਾ ਪੱਤਾ ਸਿੰਘਾਂ ਦਾ ਬੈਰੀ ਬੁਗਲੇ ਨੇ ਪਾਣੀ ਪੀਤਾ ਸਭ ਹੁਣ ਬੁਗਲੇ ਨੂੰ ਕਿ ਦਿੱਲੀ ਦੇ ਦੁੱਧ ਵਰਗਾ ਅੱਜ ਨਾਨਕਸਰ ਚੀਮੇ ਸਾਹਿਬ ਦੀ ਧਰਤੀ ਦਾ ਪਾਣੀ ਮਿਲ ਗਈ ਹੋ ਤੁਹਾਡੇ ਸਾਹਮਣੇ ਥਾਪੀ ਮਾਰ ਗਿਆ ਖੜਕਾ ਹੋਇਆ ਲਾਹੌਰ ਹਿਲਿਆ ਇਹ ਆ ਇਹ ਆ ਇੱਕ ਪਾਸੇ ਪੁਗਲਾ 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 ਬਠਿੰਡੇ ਵਾਲਾ ਕਿ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਇਹ ਤਾਂ ਬਠਿੰਡੇ ਵਾਲੇ ਕੌਡੀ ਮਾਰ ਦੇ ਸ਼ੌਂਕੀ ਆ ਇੱਕ ਪਾਸੇ ਕੀਤੀ ਹੋਰਲੇ ਵਾਲਾ ਤੇ ਦੂਜੇ ਪਾਸੇ ਪੁਗਲਾ ਹੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਖਿੱਚੋ ਤੁਰੀ ਜਾ ਰਹੀ ਆ ਜੇ ਜੱਟ ਭੱਜ ਗਿਆ ਭੰਗੜੇ ਸ਼ੇਰ ਕਹਾਣੀ ਸੁਣਿਆ ਆ ਗਿਆ ਸਵਾਦ ਪੰਜਾਬੀਓ ਕਬੱਡੀ ਦਾ ਆ ਗਿਆ ਦੁਨੀਆ ਖੁਸ਼ ਹੈ ਤੇ ਮੇਲਾ ਸਫਲ ਹੈ ਕਬੱਡੀ ਗੱਭਰੂ ਆ ਥਾਂ ਕਬੱਡੀ ਗੇੜਾ ਸਾਹਮਣੇ ਤੱਕਦਿਆਂ ਕੇ ਮੇਰੇ ਵੀਰਿਓ ਇਸ ਵਕਤ ਉੜੂ ਉੜੂ ਕਰਦੀ ਦਵਾਨੀ ਢੁੱਡੀ ਕੇ ਦੀ ਧਰਤੀ ਦਾ ਦਿਆਲਾ ਤੁਹਾਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਦੇਖਾਂਗੇ ਮਿੱਠੇ ਮਾਨਤਰਾਈ ਕਰਕੇ ਤੇ ਮੁੰਡੇ ਨੂੰ ਫੜ ਕੇ ਬਈ ਮੈਂ ਤੇਰਾ ਮੁਕਾਬਲਾ ਨਹੀਂ ਰਿਸਾ ਆਹ ਭੰਗੜਾ ਆਹ
ਭਾਈ ਵਾਹ ਲੈ ਵੀ ਜੇ ਮੈਚ ਦਾ ਸਵਾਦ ਆਇਆ ਦਸ਼ਮੀ ਨੂੰ ਤਾੜੀ ਮਾਰ ਦੋਨੋਂ ਟੀਮਾਂ ਦੇ ਨਾਂ ਤੇ ਭਾਈ ਵਾਹ ਆ ਗਿਆ ਸਵਾਦ ਆ ਸੰਗਤ ਖੁਸ਼ ਹੈ ਸਵਾਦੇ ਆ ਬਾਬਾ ਨਾਨਕ ਖੁਸ਼ ਹੈ ਜੀ ਹਾੜੀ ਰੋਕੇ ਬੁਗਲੇ ਦੀ ਟੀਮ ਜਿੱਤ ਗਈ ਭਰਾ ਬੁਗਲੇ ਦੀ ਕਰਾਂਗੇ ਕਿਉਂਕਿ ਜਿਹਦੇ ਬੁਗਲਾ ਖੇਡਿਆ ਉਹ ਟੀਮ ਜੇਤੂ ਹੈ ਤੇ ਦੂਜੀ ਹਾਰੀ ਨੀ ਉਹ ਸੈਕਿੰਡ ਹੈ